ਵਿਕਰਮ ਸਿਓ ਮਜੀਠੀਆ ਦੀ ਜੋ ਕਿ ਅੱਜ ਪਟਿਆਲੇ ਪਹੁੰਚੇ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਉਹਨਾਂ ਕਿਹਾ ਕਿ ਜੋ ਏਅਰਪੋਰਟ ਦੇ ਉੱਤੇ ਉਹਨਾਂ ਦਾ ਹਾਲ ਦੇਖਣ ਨੂੰ ਮਿਲਿਆ, ਮੈਨੂੰ ਉਹਨਾਂ ਦੀ ਚਿੰਤਾ ਹੈ। ਵਿਰੋਧੀ ਧਿਰ ਦੇ ਨੇਤਾ ਹੁੰਦੇ ਨੇ, ਉਹਨਾਂ ਨੂੰ ਤਾਂ ਖਬਰ ਚਾਹੀਦੀ ਹੁੰਦੀ ਹੈ। ਜਿਹੜਾ ਮੁੱਖ ਮੰਤਰੀ ਹੈ, ਮੰਤਰੀ ਹੈ, ਬਚ ਕੇ ਉਹਨੇ ਰਹਿਣਾ। ਮਾਨ ਸਾਹਿਬ ਜਦੋਂ ਕੱਲ੍ਹ ਆਏ ਚਾਰਟਰ ਜਹਾਜ਼ ਦੇ ਉੱਤੇ, ਜੋ ਕਹਿੰਦੇ ਏਅਰਪੋਰਟ ਦੇ ਉੱਤੇ ਡਿੱਗ ਪਏ। ਦੇਖੋ, ਸਿਹਤ ਦੇ ਵਿੱਚ ਵਿਗਾੜ ਕਿਸੇ ਦੇ ਵੀ ਆ ਸਕਦਾ ਹੈ, ਪਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ। ਉਹ ਕਹਿੰਦੇ ਅਸਲ ਦੇ ਵਿੱਚ ਨਾ ਕਈ ਵਾਰੀ ਕੰਮ ਜਾਂ ਵੱਧ ਘੱਟ ਹੋ ਜਾਂਦਾ। ਮਜੀਠੀਆ ਸਾਹਿਬ ਕਹਿੰਦੇ, ਕਿਹਾ ਜਾ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ, ਖਾਸ ਕਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ, ਸਾਡੇ ਮੁੱਖ ਮੰਤਰੀ ਨਾਲੇ ਦਿੱਲੀ ਵਾਲੇ ਬਹੁਤਾ ਠੀਕ ਨਹੀਂ ਕਰ ਰਹੇ। ਔਰ ਸ਼ੁਰੂਆਤੀ ਦੌਰ 'ਚ ਕਿਹਾ ਸੀ ਭਗਵੰਤ ਮਾਨ ਨੂੰ ਕਿ ਇਹਨਾਂ 'ਤੇ ਬਹੁਤਾ ਭਰੋਸਾ ਨਾ ਕਰੀ, ਇਹ ਤੈਨੂੰ ਇੱਕ ਦਿਨ ਡੋਬ ਦੇਣਗੇ। ਬਦਨਾਮੀ ਤੁਹਾਡੀ ਹੋਣੀ ਹੈ, ਨੀਤੀਆਂ ਰਿਮੋਟ ਵਾਲੇ ਆਪਦੀਆਂ ਚਲਾ ਰਹੇ ਨੇ, ਇਹਨਾਂ ਦੇ ਕਹਿਣ 'ਤੇ ਕਿਸੇ ਨੇ ਵੋਟ ਨਹੀਂ ਪਾਈ। ਬਥੇਰਾ ਕਰ ਲਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ। ਕਈ ਵਾਰ ਜਦੋਂ ਕੋਈ ਬੰਦਾ ਇੱਕ ਧਰਮ ਛੱਡ ਕੇ ਦੂਜੇ 'ਚ ਜਾਂਦਾ ਨਾ, ਫਿਰ ਉਹਦੀ ਉਹ ਮਾਲਾ ਬਹੁਤ ਜਪਦਾ ਹੁੰਦਾ ਜੀ। ਗੁਰਜੀਤ ਸਿੰਘ ਔਜਲਾ ਸਾਡੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ, ਉਹ ਕਹਿੰਦੇ ਅਸਲ ਦੇ ਵਿੱਚ ਨਾ ਜਦੋਂ ਪੁਰਾਣਾ ਜਾਦੂ ਜਿਹਾ ਕਰਦੇ ਹੁੰਦੇ, ਇੱਕ ਨਾਲ ਇੱਕ ਫਰੀ, ਕਹਿੰਦੇ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਖੁਸ਼ ਹੋ ਰਹੀ ਹੈ ਵੀ ਇੱਕ ਕੰਗਣਾ ਦੇ ਨਾਲ ਉਹਨਾਂ ਨੂੰ ਇੱਕ ਰਵਨੀਤ ਬਿੱਟੂ ਫਰੀ 'ਚ ਮਿਲ ਗਿਆ। ਉਹਨਾਂ ਕੋਲ ਦੋ ਦੋ ਕੰਗਣਾ ਹੋ ਗਈਆਂ। ਸਾਡੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਵੀ ਐਕਸ ਦੇ ਉੱਤੇ ਲਿਖਤਾ ਕਿ ਮੋਦੀ ਸਾਹਿਬ ਆਹ ਬਿੱਟੂ ਦਾ ਦਿਮਾਗ ਦਮੂਗ ਜਾਂ ਸੰਤੁਲਨ ਵਿਗੜ ਗਿਆ, ਇਹਨੂੰ ਕਿਸੇ ਵੱਡੇ ਹਸਪਤਾਲ 'ਚ ਭੇਜ ਕੇ ਠੀਕ ਕਰਾਓ। ਪੁੱਛੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ CGI ਸਾਹਿਬ, ਚੀਫ ਜਸਟਿਸ ਆਫ ਇੰਡੀਆ, ਉਹਨਾਂ ਦਾ ਘਰ ਕੋਈ ਮੰਦਰ ਸੀ? ਜੇ ਉਹ ਗਣਪਤੀ ਦੀ ਪੂਜਾ ਕਰਦੇ ਸੀ, ਉਹਨਾਂ ਦਾ ਵਿਅਕਤੀਗਤ ਕੰਮ ਹੈ ਜੀ। ਦਿੱਲੀ ਦੇ ਵਿੱਚ 1500 ਮੰਦਰ ਹੈ, ਜੇ ਤੁਹਾਨੂੰ ਇੰਨੇ ਹੀ ਸ਼ੌਕ ਸੀ ਉੱਥੇ ਜਾਂਦੇ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਆਦਤ ਹੈ ਇਹ ਧਾਰਮਿਕਤਾ ਦੇ ਸਿਰ 'ਤੇ ਜਜ਼ਬਾਤਾਂ ਨੂੰ ਭੜਕਾ ਕੇ ਕਹਿ ਲਓ, ਜਾਂ ਉਹਨਾਂ ਨੂੰ ਉਭਾਰ ਕੇ ਸਿਆਸੀ ਰਾਹ ਕੱਢਣਾ ਜਾਣਦੇ ਹੈ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ, ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ, ਅਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਰ, ਸਵਾਗਤ ਹੈ ਪ੍ਰੋਗਰਾਮ 'ਚ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਜੀ ਢਿੱਲੋਂ ਸਰ, ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਵਿਕਰਮ ਸਿਓ ਮਜੀਠੀਆ ਦੀ, ਜੋ ਕਿ ਅੱਜ ਪਟਿਆਲੇ ਪਹੁੰਚੇ ਨੇ, ਅਤੇ ਉਹਨਾਂ ਵੱਲੋਂ ਆਪਣੇ ਇੱਕ ਪੁਰਾਣੇ ਆਗੂ ਨੂੰ ਮੁੜ ਤੋਂ ਸ਼ਾਮਿਲ ਕਰਾਇਆ ਗਿਆ ਪਾਰਟੀ ਦੇ ਵਿੱਚ। ਉੱਥੇ ਹੀ ਉਹਨਾਂ ਨੇ ਖੇਤੀਬਾੜੀ ਦੀ ਪਾਲਿਸੀ ਨੂੰ ਲੈ ਕੇ, ਅਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਉਹਨਾਂ ਕਿਹਾ ਕਿ ਜੋ ਏਅਰਪੋਰਟ ਦੇ ਉੱਤੇ ਉਹਨਾਂ ਦਾ ਹਾਲ ਦੇਖਣ ਨੂੰ ਮਿਲਿਆ, ਮੈਨੂੰ ਉਹਨਾਂ ਦੀ ਚਿੰਤਾ ਹੈ ਜੀ। ਦੇਖੋ, ਜਿਹੜੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਨੇ, ਉਹਨਾਂ ਨੂੰ ਤਾਂ ਖਬਰ ਚਾਹੀਦੀ ਹੁੰਦੀ ਹੈ। ਜਿਹੜਾ ਮੁੱਖ ਮੰਤਰੀ ਹੈ, ਮੰਤਰੀ ਹੈ, ਬਚ ਕੇ ਉਹਨੇ ਰਹਿਣਾ ਹੁੰਦਾ ਜੀ।
ਹੁਣ ਤੁਸੀਂ ਇੱਕ ਆਮ ਕਮੇਡੀਅਨ ਭਗਵੰਤ ਮਾਨ ਨਹੀਂ ਹੈਗੇ, ਮਾਤਾ ਹਰਪਾਲ ਕੌਰ ਦੇ ਪੰਤ ਨਹੀਂ। ਉਹ ਤਾਂ ਜਿੱਡੇ ਮਰਜ਼ੀ ਬਣ ਜਾਓ, ਉਹਨਾਂ ਵਾਸਤੇ ਤਾਂ ਤੁਸੀਂ ਪੰਤ ਰਹੋਗੇ, ਪਰ ਲੋਕਾਂ ਵਾਸਤੇ ਨਹੀਂ। ਹੁਣ ਤੁਸੀਂ ਚੁਣੀ ਹੋਈ ਸਰਕਾਰ ਦੇ ਮੁਖੀ ਹੋ ਪੰਜਾਬ ਦੀ, ਦੇ ਇੱਥੋਂ ਤੱਕ ਕਿ ਤੁਹਾਡੇ ਸਿਆਸੀ ਜਿਹੜੇ ਆਕਾ ਨੇ ਉਹਨਾਂ ਤੋਂ ਵੀ ਵੱਡੇ ਹੋ। ਉਹ ਤਾਂ ਇੱਕ ਕਾਰਪੋਰੇਸ਼ਨ ਦਾ ਸਾਬਕਾ ਮੁੱਖ ਮੰਤਰੀ ਸੀ, ਤੁਸੀਂ ਇੱਕ ਪੂਰੇ ਰਾਜ ਦੇ ਮੁੱਖ ਮੰਤਰੀ ਹੋ। ਮਾਨ ਸਾਹਿਬ ਜਦੋਂ ਕੱਲ੍ਹ ਆਏ ਚਾਰਟਰ ਜਹਾਜ਼ ਦੇ ਉੱਤੇ, ਅਤੇ ਉਹ ਕਹਿੰਦੇ ਏਅਰਪੋਰਟ ਦੇ ਉੱਤੇ ਡਿੱਗ ਪਏ। ਦੇਖੋ, ਸਿਹਤ ਦੇ ਵਿੱਚ ਵਿਗਾੜ ਕਿਸੇ ਦੇ ਵੀ ਆ ਸਕਦਾ ਹੈ, ਪਰ ਵਿਰੋਧੀਆਂ ਨੂੰ ਮੌਕਾ ਮਿਲ ਗਿਆ। ਉਹ ਕਹਿੰਦੇ ਅਸਲ ਦੇ ਵਿੱਚ ਨਾ ਕਈ ਵਾਰੀ ਕੰਮ ਜਾਂ ਵੱਧ ਘੱਟ ਹੋ ਜਾਂਦਾ, ਮਜੀਠੀਆ ਸਾਹਿਬ ਕਹਿੰਦੇ। ਉਹ ਅੱਜ ਰਾਕੇਸ਼ ਪਰਾਸ਼ਰ ਜਿਹੜੇ ਪਾਰਟੀ ਛੱਡ ਗਏ ਸੀ, ਉਹਨਾਂ ਨੂੰ ਦੁਬਾਰਾ ਅਕਾਲੀ ਦਲ 'ਚ ਸ਼ਾਮਿਲ ਕਰਨ ਵਾਸਤੇ ਆਏ ਸਨ। ਅਤੇ ਮੁੱਖ ਮੰਤਰੀ ਸਾਡੇ ਇਹ ਕਿਹੜੇ ਬਖਸ਼ਦੇ ਸੀ ਕਿਸੇ ਨੂੰ? ਇਹਨਾਂ ਨੇ ਕਿੰਨੇ ਵਾਰੀ ਕਿਹਾ ਕਿ ਅਸਲ ਦੇ ਵਿੱਚ ਜੀ ਉਹ ਸੁਖਬੀਰ ਬਾਦਲ ਨਾਲ ਕਦੇ ਡੋਜ ਮਾੜੀ ਮੋਟੀ ਜ਼ਿਆਦਾ ਲੱਗੀ ਹੋਊਗੀ, ਕਈ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ, ਤਾਂ ਫਿਰ ਤੁਹਾਨੂੰ ਕਿਉਂ ਬਖਸ਼ਣ? ਮਜੀਠੀਆ ਸਾਹਿਬ ਕਹਿੰਦੇ ਕਿ ਜਿੰਨੀਆਂ ਗੱਪਾਂ ਦੀ PhD ਇਸ ਮੁੱਖ ਮੰਤਰੀ ਨੇ ਕੀਤੀ ਹੈ, ਇੰਨੀ ਕਿਸੇ ਨੇ ਨਹੀਂ ਕੀਤੀ। ਉਹਨਾਂ ਨੇ ਸਕੂਲ ਆਫ ਐਮੀਨੈਂਸ 'ਤੇ ਵੀ ਤੰਜ ਕਸੇ, ਇੱਕ ਤੰਜ ਕਈ ਦਿਨਾਂ ਤੋਂ ਚੱਲਦਾ ਆ ਰਿਹਾ ਕਿ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ 10,000 ਹੀ ਅਧਿਆਪਕ ਪੜ੍ਹਾਉਂਦੇ ਹੈ, ਭਾਵ ਪ੍ਰਾਈਵੇਟ 'ਚ ਉਹਨਾਂ ਨੂੰ 10-10,000 ਦੀ ਤਨਖਾਹ ਮਿਲਦੀ ਹੈ। ਮਜੀਠੀਆ ਸਾਹਿਬ ਨੇ ਕਈ ਕੁਝ ਕਿਹਾ, ਉਹਨਾਂ ਨੇ ਜਿਹੜਾ ਖਰੜਾ 2 ਦਿਨ ਲਗਾਤਾਰ ਤੋਂ ਜਾਰੀ ਹੋ ਰਿਹਾ ਹੈ ਅਖਬਾਰਾਂ 'ਚ ਖੇਤੀ ਦਾ, ਉਹ 'ਤੇ ਵੀ ਤੰਜ ਕਸਤਾ। ਉਹ ਕਹਿੰਦੇ ਇਹ ਦੱਸੋ, ਇਹ ਨੀਤੀ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਵੀ ਜਾਰੀ ਹੋ ਚੁੱਕੀ ਹੈ, ਇਹ 'ਚੋਂ ਆਇਆ ਕੀ? ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਮੈਂ ਕਰਜ਼ਾ ਮਾਫ ਕਰਾਂਗਾ, ਹਾਲਾਂਕਿ ਇਹ ਨਹੀਂ ਮੈਂ ਕਹਿੰਦਾ। ਵਿਰੋਧੀ ਆਗੂਆਂ ਨੇ ਕਹਿਣਾ ਹੁੰਦਾ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕਰਜ਼ਾ ਕਿਸਾਨਾਂ ਦਾ ਮਾਫ ਕੀਤਾ ਵੀ ਸੀ। ਉਹ ਕਹਿੰਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣਗੀਆਂ, ਜ਼ਮੀਨ ਹੇਠਲਾ ਪਾਣੀ ਜਿਹੜਾ ਤੇਜ਼ੀ ਨਾਲ ਥੱਲੇ ਜਾ ਰਿਹਾ, ਇਹ 'ਚ ਖੜੋਤ ਆਏਗੀ। ਉਸ ਸਮੇਂ ਵੀ ਕਹਿੰਦੇ ਨਾ ਤਾਂ ਕਰਜ਼ੇ ਮਾਫ ਹੋਏ, ਪਰ ਸਾਰਾ ਕੰਮ ਇੱਕੋ ਥਾਂ 'ਤੇ ਘਸੋੜ ਦਿੰਦੇ ਹੈ ਵਿਰੋਧੀ ਧਿਰ ਦੇ ਆਗੂ। ਉਹ ਗੱਲ ਵੀ ਕਰ ਦੇਣੀ ਚਾਹੀਦੀ ਹੈ, ਕੈਪਟਨ ਅਮਰਿੰਦਰ ਸਿੰਘ ਵੇਲੇ ਕਰਜ਼ੇ ਮਾਫ ਹੋਏ ਸੀ, ਭਾਵੇਂ ਥੋੜ੍ਹੇ ਹੋਏ, ਪਰ ਹੋਇਆ ਕਿ ਕਰਜ਼ੇ 'ਤੇ ਕਰਜ਼ਾ ਲੈ ਕੇ ਮਾਫ ਹੋਏ। ਉਦੋਂ ਭਗਵੰਤ ਮਾਨ ਲੋਕਾਂ 'ਤੇ ਤੰਜ ਕੱਸਦੇ ਹੁੰਦੇ ਸੀ। ਸੋ ਬਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਉਹਨਾਂ ਦੀ ਸਿਹਤ ਜਾਬ ਹੋਵੇ, ਮੈਂ ਤਾਂ ਇਹ ਅਰਦਾਸ ਕਰਦਾ ਹਾਂ। ਅਸਲ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਲੱਗਿਆ, ਕਈ ਮੀਡੀਆ ਪਲੇਟਫਾਰਮਾਂ ਦੇ ਉੱਤੇ ਇਹ ਕਿਹਾ ਜਾ ਰਿਹਾ ਕਿ ਪਿਛਲੇ ਕੁਝ ਦਿਨਾਂ ਤੋਂ, ਖਾਸ ਕਰ ਜਦੋਂ ਤੋਂ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਸਾਡੇ ਮੁੱਖ ਮੰਤਰੀ ਨਾਲੇ, ਦਿੱਲੀ ਵਾਲੇ ਬਹੁਤਾ ਠੀਕ ਨਹੀਂ ਕਰ ਰਹੇ। ਔਰ ਸ਼ੁਰੂਆਤੀ ਦੌਰ 'ਚ ਕਿਹਾ ਸੀ ਭਗਵੰਤ ਮਾਨ ਨੂੰ ਕਿ ਇਹਨਾਂ 'ਤੇ ਬਹੁਤਾ ਭਰੋਸਾ ਨਾ ਕਰੀ, ਇਹ ਤੈਨੂੰ ਇੱਕ ਦਿਨ ਡੋਬ ਦੇਣਗੇ, ਬਦਨਾਮੀ ਤੁਹਾਡੀ ਹੋਣੀ ਹੈ,
ਨੀਤੀਆਂ ਰਿਮੋਟ ਵਾਲੇ ਆਪਦੀਆਂ ਚਲਾ ਰਹੇ ਨੇ। ਇਹਨਾਂ ਦੇ ਕਹਿਣ 'ਤੇ ਕਿਸੇ ਨੇ ਵੋਟ ਨਹੀਂ ਪਾਈ। ਬਥੇਰਾ ਕਰ ਲਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ, ਪਰ ਜਿੱਦਣ ਇਹ ਆਇਆ ਇੱਕ ਮੌਕਾ ਭਗਵੰਤ ਮਾਨ ਨੂੰ ਅਤੇ ਇੱਕ ਮੌਕਾ ਕੇਜਰੀਵਾਲ ਨੂੰ। ਕੇਜਰੀਵਾਲ ਨੇ ਅਨਾਊਂਸ ਕੀਤਾ ਕਿ ਭਗਵੰਤ ਮਾਨ ਮੁੱਖ ਮੰਤਰੀ ਹੋਵੇਗਾ, ਉਦੋਂ ਬਾਅਦ ਪਾਸਾ ਬਦਲਿਆ। ਸੋ ਕਿਸੇ ਬੰਦੇ 'ਚ ਲੱਖ ਔਗਣ ਹੋਣ, ਹਰ ਬੰਦਾ ਸੰਪੂਰਨ ਨਹੀਂ ਹੁੰਦਾ, ਪਰ ਇਹਦੇ ਬਾਵਜੂਦ ਭਗਵੰਤ ਮਾਨ ਪੰਜਾਬ ਦਾ ਸਪੂਤ ਹੈ ਅਤੇ ਪੰਜਾਬੀਆਂ ਨੂੰ ਉਹਦੇ ਨਾਲ ਖੜ੍ਹਨਾ ਚਾਹੀਦਾ। ਇਹ ਮਤ ਸਮਝਣ ਕਿ ਕਿਸੇ ਦਿੱਲੀ ਵਾਲੇ ਨੂੰ ਇੱਥੇ ਬਹਾ ਕੇ ਪੰਜਾਬ ਦੀ ਸਰਕਾਰ ਚਲਾ ਲਾਂਗੇ, ਇਉਂ ਨਹੀਂ ਹੋਣਾ। ਨਾ ਪੰਜਾਬੀਆਂ ਦਾ ਸੁਭਾਅ ਆ, ਅਤੇ ਪੰਜਾਬੀ ਕਦੇ ਦਿੱਲੀ ਦੀ ਈਨ ਵੀ ਕਦੇ ਮੰਨਦੇ ਨਹੀਂ ਹੁੰਦੇ। ਸੋ ਇਹ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕਿਆਸ ਰੰਗਾਂ ਚੱਲ ਰਹੀਆਂ ਨੇ, ਅੱਜ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਮੁੱਖ ਮੰਤਰੀ 'ਤੇ ਉਸੇ ਸੰਦਰਭ ਦੇ ਵਿੱਚ ਤੰਜ ਕਸੇ ਹੈ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ। ਢਿਲਸਾ, ਰਵਨੀਤ ਬਿੱਟੂ ਅਤੇ ਗਾਂਧੀ ਪਰਿਵਾਰ ਦੇ ਵਿੱਚ ਵਾਲੇ ਕਾਫੀ ਹੁਣ ਜ਼ਿਆਦਾ ਵਿਵਾਦ ਵੱਧਦਾ ਜਾ ਰਿਹਾ। ਰਵਨੀਤ ਬਿੱਟੂ ਆਏ ਦਿਨ ਰਾਹੁਲ ਗਾਂਧੀ ਨੂੰ ਲੈ ਕੇ ਕੋਈ ਨਾ ਕੋਈ ਬਿਆਨ ਦਿੰਦੇ ਹੋਏ ਨਜ਼ਰ ਆਉਂਦੇ ਨੇ, ਅਤੇ ਕੱਲ੍ਹ ਵੀ ਜਦੋਂ ਮਲਕਰਜਨ ਖੜਗੇ ਜੋ ਕਿ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ, ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਗਈ, ਤਾਂ ਰਵਨੀਤ ਬਿੱਟੂ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ, ਅਤੇ ਅੱਜ ਵੀ ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਮੈਂ ਨਾਲ ਤੁਹਾਡੇ ਸਹਿਮਤ ਹਾਂ ਜੀ। ਕਈ ਵਾਰ ਜਦੋਂ ਕੋਈ ਬੰਦਾ ਇੱਕ ਧਰਮ ਛੱਡ ਕੇ ਦੂਜੇ 'ਚ ਜਾਂਦਾ ਨਾ, ਫਿਰ ਉਹਦੀ ਉਬਾਲਾ ਬਹੁਤ ਜਪਦਾ ਹੁੰਦਾ ਜੀ। ਗੁਰਜੀਤ ਸਿੰਘ ਔਜਲਾ ਸਾਡੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ, ਉਹ ਕਹਿੰਦੇ ਅਸਲ ਦੇ ਵਿੱਚ ਨਾ ਜਿਹੜਾ ਪੁਰਾਣਾ ਜਾਦੂ ਜਿਹਾ ਕਰਦੇ ਹੁੰਦੇ ਇੱਕ ਨਾਲ ਇੱਕ ਫਰੀ, ਕਹਿੰਦੇ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਖੁਸ਼ ਹੋ ਰਹੀ ਹੈ ਵੀ ਇੱਕ ਕੰਗਣਾ ਦੇ ਨਾਲ ਉਹਨਾਂ ਨੂੰ ਰਵਨੀਤ ਬਿੱਟੂ ਫਰੀ 'ਚ ਮਿਲ ਗਿਆ। ਉਹਨਾਂ ਕੋਲ ਦੋ ਦੋ ਕੰਗਣਾ ਹੋ ਗਈਆਂ। ਉੱਧਰੋਂ ਸਾਡੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਵੀ ਐਕਸ ਦੇ ਉੱਤੇ ਲਿਖਤਾ ਕਿ ਮੋਦੀ ਸਾਹਿਬ ਆਹ ਬਿੱਟੂ ਦਾ ਦਿਮਾਗ ਦਮੂਗ ਜਾ ਸੰਤੁਲਨ ਵਿਗੜ ਗਿਆ, ਇਹਨੂੰ ਕਿਸੇ ਵੱਡੇ ਹਸਪਤਾਲ 'ਚ ਭੇਜ ਕੇ ਠੀਕ ਕਰਾਓ ਜੀ। ਸਾਡੇ ਪੁਰਾਣੇ ਜ਼ਮਾਨੇ 'ਚ ਤਾਂ ਬੜਾ ਮਸ਼ਹੂਰ ਹੁੰਦਾ ਸੀ ਵੀ ਇਹਦਾ ਦਿਮਾਗ ਖਰਾਬ ਆ, ਧਨੌਲੇ ਭੇਜੋ ਜਾਂ ਅੰਮ੍ਰਿਤਸਰ ਭੇਜੋ। ਸੋ ਇੱਕ ਦੂਜੇ ਦੇ ਉੱਤੇ ਇਹ ਤੰਜ ਕੱਸ ਰਹੇ ਨੇ, ਅਤੇ ਮੇਰਾ ਖਿਆਲ ਹੈ ਕਿ ਇਹਦੇ ਪਿਛਲੇ ਪਾਸੇ ਕੋਈ ਨਵੀਂ ਕੜੀ ਰਿੱਝ ਰਹੀ ਹੈ ਜਿਹੜੀ ਅਗਲੇ ਦਿਨਾਂ ਦੇ ਵਿੱਚ ਆ ਜਾਏਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਰਿਆਣੇ ਦੇ ਵਿੱਚ 10 ਸਾਲ ਤੋਂ ਸੱਤਾ 'ਚ ਸੀ, ਕੇਂਦਰ 'ਚ ਸੱਤਾ 'ਚ, ਚਲੋ ਜੇ ਤਾਂ ਬਗਾਨੀਆਂ ਵਿਸਾਖੀਆਂ ਦੇ ਉੱਤੇ ਕੇਂਦਰ 'ਚ ਦਾ ਕੰਮ ਬਣ ਗਿਆ ਕੁਝ ਚਿਰ ਲਈ ਜੀ। ਜੰਮੂ ਕਸ਼ਮੀਰ 'ਚ ਨਵੀਆਂ ਵੋਟਾਂ ਹੋ ਰਹੀਆਂ ਨੇ, ਆ ਤਾਜ਼ਾ ਵੇਖ ਲਓ, ਪ੍ਰਧਾਨ ਮੰਤਰੀ ਸਾਹਿਬ ਨੇ ਜਾ ਕੇ ਅੱਗੇ ਤੰਜ ਕੱਸਤਾ। ਕਹਿੰਦੇ ਮੈਂ ਚੀਫ ਜਸਟਿਸ ਸਾਹਿਬ ਦੇ ਘਰ ਗਿਆ ਸੀ ਅਤੇ ਇਹਨਾਂ ਨੂੰ ਗਣਪਤੀ ਪੂਜਾ ਦੇ ਵਿੱਚ ਮੇਰੇ ਤਾਂ ਪਤਾ ਨਹੀਂ ਕੀ ਤਕਲੀਫ ਹੋ ਗਈ। ਪੁੱਛੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ CGI ਸਾਹਿਬ, ਚੀਫ ਜਸਟਿਸ ਆਫ ਇੰਡੀਆ, ਉਹਨਾਂ ਦਾ ਘਰ ਕੋਈ ਮੰਦਰ ਸੀ? ਜੇ ਉਹ ਗਣਪਤੀ ਦੀ ਪੂਜਾ ਕਰਦੇ ਸੀ, ਉਹਨਾਂ ਦਾ ਵਿਅਕਤੀਗਤ ਕੰਮ ਹੈ ਜੀ। ਦਿੱਲੀ ਦੇ ਵਿੱਚ 1500 ਮੰਦਰ ਹੈ, ਜੇ ਤੁਹਾਨੂੰ ਇੰਨਾ ਹੀ ਸ਼ੌਕ ਸੀ ਉੱਥੇ ਜਾਂਦੇ। ਇੱਕ ਵਾਰ ਫਿਰ ਉਹਨਾਂ ਨੇ ਇਹ ਸਾਰਾ ਮਾਮਲਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਆਦਤ ਹੈ ਇਹ ਧਾਰਮਿਕਤਾ ਦੇ ਸਿਰ 'ਤੇ ਜਜ਼ਬਾਤਾਂ ਨੂੰ ਭੜਕਾ ਕੇ ਕਹਿ ਲਓ ਜਾਂ ਉਹਨਾਂ ਨੂੰ ਉਭਾਰ ਕੇ ਸਿਆਸੀ ਰਾਹ ਕੱਢਣਾ ਜਾਣਦੇ ਹੈ। ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਪਿਛਲੀ ਵਾਰੀ ਉੱਥੇ ਕਰਨਾਟਕਾ ਦੇ ਵਿੱਚ ਚੋਣ ਹੋਈ
ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣਾ ਬਜਰੰਗਬਲੀ ਜੀ ਦਾ ਸਹਾਰਾ ਲੈ ਲਿਆ। ਜਦੋਂ ਉੱਥੇ ਗੱਲਾਂ ਬਣੀ, ਸਰਕਾਰ ਕਾਂਗਰਸ ਦੀ ਬਣ ਗਈ ਅਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਪਤਾ ਸੀ ਕਿ ਬਜਰੰਗਬਲੀ ਜੀ ਕੋਲ ਗਧਾ ਵੀ ਹੈ। ਉਹ ਕਹਿੰਦੇ ਕਿ ਇਹ ਗਏ ਤਾਂ ਸਹਾਰਾ ਲੈਣ ਸੀ, ਬਜਰੰਗਬਲੀ ਨੂੰ ਪਤਾ ਲੱਗ ਗਿਆ ਮੇਰੇ ਨਾਂ 'ਤੇ ਝੂਠ ਦੀ ਦੁਕਾਨ ਚਲਾਉਂਦੇ ਆ, ਕਹਿੰਦੇ ਉਹਨੇ ਗਧਾ ਮਾਰ ਕੇ ਇਹਨਾਂ ਨੂੰ ਕਰਨਾਟਕਾ 'ਚੋਂ ਬਾਹਰ ਕਰਤਾ। ਇੱਥੇ ਫਿਰ ਹੁਣ ਅਸੀਂ ਜਿਹੜਾ ਸਹਾਰਾ ਹੈਗਾ ਜੀ ਉਹ ਧਾਰਮਿਕਤਾ ਦਾ ਲੈਣ ਲੱਗੇ ਹਾਂ। ਤੁਸੀਂ ਲਗਾਤਾਰ 11 ਸਾਲ ਸਰਕਾਰ ਚਲਾਈ ਹੈ, 10 ਸਾਲ 11ਵਾਂ ਸਾਲ ਤੁਹਾਨੂੰ ਲੱਗਿਆ ਵਾ, ਪ੍ਰਾਪਤੀਆਂ ਦੱਸੋ, ਤੁਹਾਡੀਆਂ ਪ੍ਰਾਪਤੀਆਂ ਕਿਹੜੀਆਂ ਕਿਹੜੀਆਂ ਨੇ, ਕੀ ਕੀਤਾ ਤੁਸੀਂ? ਅਤੇ ਕਿਤੇ ਇਹ ਤਾਂ ਨਹੀਂ ਕਹਿ ਦਿਓਗੇ ਬਾਅਦ ਦੇ ਵਿੱਚ ਉਹ 15-15 ਲੱਖ ਤੁਹਾਡੇ ਖਾਤਿਆਂ 'ਚ ਆਉਣਾ, ਉਹ ਤਾਂ ਇੱਕ ਚੋਣ ਜੁਮਲਾ ਸੀ। 2 ਕਰੋੜ ਹਰ ਸਾਲ ਨੌਕਰੀਆਂ ਦੇ ਰਹੀਆਂ ਸੀ, ਉਹ ਤਾਂ ਮੇਰੇ ਖਿਆਲ 2 ਕਰੋੜ ਦੇ ਹਿਸਾਬ ਨਾਲ 10 ਸਾਲ ਦੀਆਂ 20 ਬਣਦੀਆਂ ਨੇ। 20 ਕਰੋੜ ਦੀ ਥਾਂ 'ਤੇ ਮੈਨੂੰ ਤਾਂ ਨਹੀਂ ਲੱਗਦਾ ਕਿ 2 ਕਰੋੜ ਪੂਰੀਆਂ ਹੋਈਆਂ ਹੋਣ। ਅੱਜ ਰਾਜਸੀ ਪਾਰਟੀਆਂ ਕੋਈ ਧਰਮ ਦਾ, ਕੋਈ ਭਾਸ਼ਾ ਦਾ, ਕੋਈ ਖਿੱਤੇ ਦਾ, ਕੋਈ ਜਾਤੀ ਦਾ ਇਸ ਤਰ੍ਹਾਂ ਦੇ ਸਹਾਰੇ ਲੈ ਰਹੇ ਨੇ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਅਸਲ ਮੁੱਦੇ ਨੇ ਇਸ ਦੇਸ਼ ਦੇ, ਉਹਨਾਂ ਦੇ ਵੱਲ ਇਹਨਾਂ ਦਾ ਧਿਆਨ ਕਿਉਂ ਨਹੀਂ ਹੈ ਜੀ? ਲੋਕਾਂ ਦੇ ਜਜ਼ਬਾਤ ਭੜਕਾਓ, ਆਪਣਾ ਕੰਮ ਕੱਢੋ। ਅੱਗੇ ਨਾਲੋਂ ਲੋਕਾਂ ਦੇ ਵਿੱਚ ਤਬਦੀਲੀ ਆਈ ਹੈ ਅਤੇ ਉਸ ਪਾਸੇ ਵੱਲ ਲੋਕ ਪੁੱਛਣਾ ਚਾਹੁੰਦੇ ਹੈ ਕਿ ਰੁਜ਼ਗਾਰ ਕਿੱਧਰ ਗਿਆ। ਸਾਡੀਆਂ ਜਿਹੜੀ ਮਹਿੰਗਾਈ ਹੈ, ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਤੁਹਾਡਾ ਤੇਲ ਮਹਿੰਗਾ ਕਿਉਂ ਹੈ? 450 ਸਿਲੰਡਰ ਹੋਇਆ ਸੀ, 400 ਤੋਂ ਆ ਤੁਹਾਡੀ ਸਾਬਕਾ ਮੰਤਰੀ ਨੇ ਸਿਰ 'ਤੇ ਸਿਲੰਡਰ ਰੱਖ ਕੇ ਸਾਰੇ ਦੇਸ਼ 'ਚ ਗਾਹ ਪਾਤਾ ਸੀ ਅਤੇ ਹੁਣ ਇਹ 1100-1150 ਦੇ ਕਰੀਬ ਮੁੜਿਆ। 700 ਰੁਪਈਆ ਤੁਹਾਡੇ ਵਧਿਆ ਅਤੇ ਹੁਣ ਥੋੜ੍ਹਾ ਜਿਹਾ ਘੱਟ ਕਰਤਾ ਅਤੇ ਇਹਦੇ ਬਾਰੇ ਕਦੇ ਕੁਝ ਬੋਲਦੇ ਨਹੀਂ। ਸੋ ਜਿਹੜੇ ਅਸਲੀ ਮੁੱਦੇ ਆ ਉਹਨਾਂ ਤੋਂ ਇਹ ਰਾਜਸੀ ਆਗੂ ਭਟਕਾ ਕੇ ਕਿਸੇ ਨਾ ਕਿਸੇ ਧਾਰਮਿਕਤਾ ਦੇ ਰਾਹੀਂ, ਕਿਸੇ ਖਿੱਤੇ ਦੇ ਰਾਹੀਂ ਆਪਣਾ ਜਿਹੜਾ ਮਤਲਬ ਹੈ ਉਹ ਕੱਢਣਾ ਚਾਹੁੰਦੇ ਆ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਵੀ ਹੁਣ ਕਈ ਸਵਾਲ ਖੜ੍ਹੇ ਕੀਤੇ ਗਏ ਨੇ। ਉਹਨਾਂ ਕਿਹਾ ਕਿ ਭਾਜਪਾ ਜਿਹੜੇ ਆਪਣੇ ਨਵੇਂ ਵਰਕਰਾਂ ਨੂੰ ਜੁਆਇਨ ਕਰਾ ਰਹੀ ਹੈ ਉਹਨਾਂ ਨੂੰ ਮਜਬੂਰ ਕਰ ਰਹੀ ਹੈ, ਤੁਸੀਂ ਰਾਹੁਲ ਗਾਂਧੀ ਬਾਰੇ ਬੋਲੋ ਜੀ। ਦੇਖੋ, ਕਿਸੇ ਨੂੰ ਵੀ ਮੈਂ, ਭਾਵੇਂ ਉਹ ਰਾਹੁਲ ਗਾਂਧੀ ਨੇ ਜਾਂ ਸਾਡੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਸੀਨੀਅਰ ਆਗੂ ਨੇ, ਕਿਸੇ ਨੂੰ ਇਸ ਤਰ੍ਹਾਂ ਦਾ ਨਹੀਂ ਬੋਲਣਾ ਚਾਹੀਦਾ। ਇਹ ਲੋਕ ਸਾਡੇ ਰੋਲ ਮਾਡਲ ਨੇ, ਇਹਨਾਂ ਦੀ ਭਾਸ਼ਾ ਸੁਣ ਕੇ ਤੁਸੀਂ ਕਹਿ ਸਕੋਗੇ ਕਿ ਇਹ ਰੋਲ ਮਾਡਲ, ਇਹ ਅੰਤਰਰਾਸ਼ਟਰੀ ਪੱਧਰ 'ਤੇ ਸਾਡਾ ਨਾਮ ਬਣਾ ਰਹੇ ਨੇ। ਅਤੇ ਜਿਹੜੇ ਰੋਲ ਮਾਡਲ ਪਾਰਲੀਮੈਂਟ ਦੇ ਵਿੱਚ ਬੈਠ ਕੇ ਵਿਸ਼ੇਸ਼ ਫਿਲਮਾਂ ਵੇਖਦੇ ਆ ਉਹ ਵੀ ਇੱਥੇ ਆਇਆ। ਇਹਨਾਂ ਦੇ ਵਿੱਚੋਂ ਕਿੰਨਿਆਂ ਦੇ ਉੱਤੇ ਵੱਡੀਆਂ ਸੰਗੀਨ ਧਰਾਵਾਂ ਲੱਗੀਆਂ ਹੋਈਆਂ ਨੇ ਵੱਖ ਵੱਖ ਜੁਰਮਾਂ ਦੀਆਂ, ਇਹ ਰੋਲ ਮਾਡਲ ਨੇ। ਸੋ ਸੁੱਖੂ ਸਾਹਿਬ ਨੇ ਵੀ ਕਿਹਾ, ਹਿਮਾਚਲ ਦੇ ਮੁੱਖ ਮੰਤਰੀ ਨੇ, ਉਹ ਕਹਿੰਦੇ ਕਿ ਇਹਨੂੰ ਰਵਨੀਤ ਬਿੱਟੂ ਨੂੰ ਥੋੜ੍ਹਾ ਜਿਹਾ, ਉਹਨਾਂ ਨੇ ਚਿੱਠੀ ਵੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦੀ ਜਵਾਨ ਨੂੰ ਲਗਾਮ ਦਿਓ। ਅਤੇ ਪ੍ਰਧਾਨ ਮੰਤਰੀ ਸਾਹਿਬ ਕਿਹੜਾ ਗਾਂਧੀ ਪਰਿਵਾਰ 'ਤੇ ਘੱਟ ਟਿੱਪਣੀਆਂ ਕਰਦੇ ਨੇ। ਕਹਿੰਦੇ ਇੱਕ ਔਰਤ ਇੱਕ ਬਾਬੇ ਕੋਲ ਚਲੀ ਗਈ, ਕਹਿੰਦੀ ਮੇਰਾ ਮੁੰਡਾ ਗੁੜ ਬਹੁਤ ਖਾਂਦਾ। ਕਹਿੰਦਾ ਕਾਕਾ ਅਗਲੇ ਹਫ਼ਤੇ ਆਈ, ਉਹ ਅਗਲੇ ਹਫ਼ਤੇ ਲੈ ਕੇ ਫਿਰ ਤੁਰ ਗਏ। ਕਹਿੰਦੇ ਕਾਕਾ ਗੁੜ ਨਾ ਖਾਇਆ ਕਰ। ਕਹਿੰਦੀ ਬਾਬਾ ਜੀ ਆ ਤਾਂ ਤੁਸੀਂ ਮਨੋਦਰੀ ਕਹਿੰਦੇ ਪਿਛਲੇ ਹਫ਼ਤੇ। ਕਹਿੰਦਾ ਉਦੋਂ ਮੈਂ ਗੁੜ ਖਾਂਦਾ ਹੁੰਦਾ ਸੀ।
ਸ਼ਿਕਾਇਤ ਕੀਤੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਅਤੇ ਜਿਨ੍ਹਾਂ ਦੀਆਂ ਆਪਣੀਆਂ ਟਿੱਪਣੀਆਂ ਅਜੇ ਤੱਕਰ ਗਾਂਧੀ ਪਰਿਵਾਰ ਬਾਰੇ ਸਪਸ਼ਟ ਨਜ਼ਰ ਆਉਂਦੀਆਂ ਨੇ ਕੀ ਕੁਛ ਬੋਲਿਆ ਸੀ ਉਹਨਾਂ ਨੇ ਇਕੱਲਾ ਇੱਥੇ ਥੋੜ੍ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਚੋਣਾਂ ਦੌਰਾਨ ਦੀਦੀ ਆਓ ਦੀਦੀ ਸੋ ਜਿਹੜੇ ਸਾਡੇ ਬਹੁਤ ਵੱਡੇ ਅਹੁਦਿਆਂ 'ਤੇ ਬੈਠੇ ਸ਼ਖਸੀਅਤਾਂ ਨੇ ਉਹਨਾਂ ਦੀ ਭਾਸ਼ਾ ਦੀ ਇਸ ਤਰ੍ਹਾਂ ਦੀ ਮਰਿਆਦਾ ਮੇਰਾ ਨਹੀਂ ਖਿਆਲ ਕੋਈ ਇਸ ਮਾਮਲੇ ਦੇ ਵਿੱਚ ਚਾਹੁੰਦਾ ਹੈ ਉਹਨਾਂ ਤੋਂ ਤਵੱਜੋ ਚਾਹੁੰਦੇ ਨੇ ਕਿ ਉਹ ਅਜਿਹੀ ਭਾਸ਼ਾ ਬੋਲਣ ਜਿਹਨੂੰ ਦੂਜੇ ਵੀ ਫਾਲੋ ਕਰਨ ਪਰ ਜੇ ਇਹਨਾਂ ਨੇ ਆਪਣਾ ਜਲੂਸ ਆਪ ਕੱਢਣਾ ਹੈ ਫਿਰ ਰੱਬ ਰਾਖਾ ਜੀ ਸੋ ਗੱਲ ਕਰਦੇ ਹਾਂ ਜੀ ਡੇਰਾ ਬਿਆਸ ਦੀ ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਵੱਲੋਂ ਅੱਜ ਜਿਹੜੇ ਆਪਣੇ ਨਵੇਂ ਉੱਤਰ ਅਧਿਕਾਰੀ ਸੀ ਉਹਨਾਂ ਦੀ ਪਗੜੀ ਬੰਨ੍ਹੀ ਗਈ ਹੈ ਅਤੇ ਉਹਨਾਂ ਨੂੰ ਡੇਰੇ ਦਾ ਮੁਖੀ ਬਣਾ ਦਿੱਤਾ ਗਿਆ ਜੀ ਇਹ ਉਹ ਨਹੀਂ ਹੈ ਇਹ ਡੇਰਾ ਜਗਮਾਲ ਵਾਲੀ ਹੈ ਸਿਰਸੇ ਦੇ ਵਿੱਚ ਸੰਬੰਧਿਤ ਹੈ ਡੇਰਾ ਸਿਰਸੇ ਵਾਲਿਆਂ ਦੇ ਨਾਲ ਉੱਦਣ ਵੀ ਆਪਾਂ ਇਹ ਖਬਰ ਕੀਤੀ ਸੀ ਜਦੋਂ ਇਹ ਜਗਮਾਲ ਵਾਲੀ ਹੈ ਸਿਰਸਾ ਜ਼ਿਲ੍ਹੇ ਦੇ ਵਿੱਚ ਹੈ ਕਾਲਾਂ ਵਾਲੀ ਮੰਡੀ ਦੇ ਕੋਲ ਹੈ ਉੱਥੇ ਬਾਬਾ ਬਰਜਿੰਦਰ ਸਿੰਘ ਬਰਿੰਦਰ ਸਿੰਘ ਢਿੱਲੋਂ ਉਹ ਜਿਹੜਾ ਉੱਥੇ ਡੇਰਾ ਹੈ ਉਹਨਾਂ ਦਾ ਕਿਹਦੇ ਨਾਲ ਸੰਬੰਧ ਹੈ ਸਾਨੂੰ ਨਹੀਂ ਪਤਾ ਹੈ ਸਿਰਸੇ ਦੇ ਵਿੱਚ ਹੈ ਬਿਲਕੁਲ ਇਹ ਕਾਲਾਂਲੀ ਦੇ ਕੋਲ ਹੈ ਉੱਥੇ ਜਿਹੜੀ ਦਸਤਾਰਬੰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜੀ ਰਸਮ ਹੈ ਉਹ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਗਦੀਪ ਸਿੰਘ ਗਿੱਲ ਸਾਂਝੇ ਤੌਰ 'ਤੇ ਕੀਤੀ ਗਈ ਇਹ ਡੇਰਾ ਹੋਰ ਹੈ ਜਗਮਾਲ ਵਾਲੀ ਵਾਲਾ ਕਿਹਦੀ ਕੀਤੀ ਹੈ ਬਾਬਾ ਵਰਿੰਦਰ ਸਿੰਘ ਢਿੱਲੋਂ ਦੀ ਇਹਦਾ ਮਤਲਬ ਇਹਨਾਂ ਦਾ ਆਪਸੀ ਸੰਬੰਧ ਹੋਏਗਾ ਕੋਈ ਨਾ ਕੋਈ ਉੱਥੇ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਦੋਵੇਂ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਵਾਲੀ ਪਹੁੰਚੇ ਉੱਥੇ ਸੰਤ ਬਾਬਾ ਬਲਵਜੀਤ ਸਿੰਘ ਦਾਦੂਵਾਲ ਵੀ ਹਾਜ਼ਰ ਸਨ ਅਤੇ ਉਹਨਾਂ ਬਾਬਾ ਇਹਨਾਂ ਦੀ ਬਰਿੰਦਰ ਸਿੰਘ ਢਿੱਲੋਂ ਦੀ ਦਸਤਾਰਬੰਦੀ ਕਰ ਦਿੱਤੀ ਗਈ ਹੈ ਜੀ ਸੋ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਪੱਤਰ ਦਿੱਤਾ ਗਿਆ ਜਿਹਦੇ ਚੱਲਦੇ ਪ੍ਰੇਮ ਸਿੰਘ ਚੰਦੂ ਮਾਜਰਾ ਹੋ ਗਏ ਮਹਾਰਾਣੀ ਪਰਨੀਤ ਕੌਰ ਹੋ ਗਏ ਅਤੇ ਸੁਰਜੀਤ ਸਿੰਘ ਰੱਖੜਾ ਦੇ ਖਿਲਾਫ ਇਹਨਾਂ ਦੀ ਸ਼ਿਕਾਇਤ ਕੀਤੀ ਗਈ ਹੈ ਜੀ ਇਹ ਮੁਕਤਸਰ ਦੇ ਨੇ ਇੱਕ ਗੁਰਜੀਤ ਸਿੰਘ ਸਿੱਖ ਜਥੇਬੰਦੀਆਂ ਦੇ ਆਗੂ ਨੇ ਇਹਨਾਂ ਨੇ ਇਹ ਮਾਮਲਾ ਤਾਂ 2008 ਦਾ ਹੈ 16 ਸਾਲ ਪੁਰਾਣਾ ਕਹਿੰਦੇ ਨਿੱਜੀ ਡੇਰਾ ਬਾਬਾ ਬਲਵੰਤ ਸਿੰਘ ਸਿਹੋੜੇ ਵਾਲਾ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਬਲਵੰਤ ਸਿੰਘ ਨਾਭੀ ਡੇਰੇਦਾਰ ਵੱਲੋਂ ਡੇਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਕਹਿੰਦੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਿਲਕ ਲਗਾਇਆ ਗਿਆ ਸੀ ਉਸ ਵੇਲੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਪ੍ਰਨੀਤ ਕੌਰ ਸੁਰਜੀਤ ਸਿੰਘ ਰੱਖੜਾ ਮੌਜੂਦ ਸੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਿਲਕ ਲਾਉਣਾ ਮਨਮੱਤ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਯਾਦ ਹੈ ਇਸ ਬਾਬੇ ਵੱਲੋਂ ਜੋ ਬੋਲੇ ਸੋਹਣੇ ਹਾਲ ਦੀ ਥਾਂ ਉੱਥੇ ਵੀ ਇੱਕ ਨਵਾਂ ਜੈਕਾਰਾ ਬਣਾ ਦਿੱਤਾ ਸੀ ਸੋ ਜਿਹੜੀ ਗੁਰੂ ਮਹਾਰਾਜ ਦੀ ਮਰਿਆਦਾ ਹੈ ਇਹ ਡੇਰੇ ਇੰਨੇ ਕਿਉਂ ਪੈਦਾ ਹੋਏ ਜਿਹੜੀ ਗੱਲ ਸਿੰਘ ਸਾਹਿਬ ਗਿਆਨੀ
ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਸਾਡੇ ਨਿਘਾਰ ਆ ਗਿਆ ਸਿੱਖ ਸਿਧਾਂਤਾਂ 'ਚ। ਜਦ ਦਰਜੀ ਤੁਸੀਂ ਵੀ ਅਕਾਲ ਤਖ਼ਤ 'ਤੇ ਰਹਿ ਕੇ ਆਏ ਹੋ, ਤੁਸੀਂ ਕਹਿ ਰਹੇ ਸੀ ਨੂਹੇ ਕੰਨ ਕਰ ਧੀਏ ਗੱਲ ਸੁਣ, ਜਿਹੜਿਆਂ ਦੇ ਕਾਰਨ ਨਿਘਾਰ ਆਇਆ, ਜਿਹੜੇ ਇੱਕ ਪਰਿਵਾਰ ਦੇ ਪਿਛਲੱਗ ਬਣੇ ਵੇ ਨੇ, ਉਹਨਾਂ ਨੇ ਇੱਕ ਕੰਨ 'ਚੋਂ ਪਾਈ ਦੂਜੇ 'ਚੋਂ ਕੱਢਤੀ। ਸੋ ਇਸ ਕਰਕੇ ਮੈਂ ਇਹ ਜਿਹੜਾ ਹੁਣ ਸਿੰਘ ਸਾਹਿਬ ਕੋਲ ਮਾਮਲਾ ਪਹੁੰਚਿਆ ਗਿਆ ਨੇ, ਰਘਵੀਰ ਸਿੰਘ ਕੋਲ ਜਿਹੜੀ ਉਹਨਾਂ ਦੀ ਮੀਟਿੰਗ ਹੈ, ਅੱਜ ਵੀ ਸ਼ਾਇਦ ਉਹਨਾਂ ਨੇ ਪਹਿਲਾਂ ਸੀ ਰੱਖੀ ਹੈ, ਤਾਂ ਉਹ ਆਪਦੀ ਮੀਟਿੰਗ 'ਚ ਵਿਚਾਰਨ। ਅਤੇ 8 ਤੋਂ ਲੈ ਕੇ ਹੁਣ ਤੱਕ ਕਿਤੇ ਕਾਰਵਾਈ ਕਿਉਂ ਨਾ ਹੋਈ, ਖੁਦ ਗਿਆਨੀ ਹਰਪ੍ਰੀਤ ਸਿੰਘ ਵੀ ਜਥੇਦਾਰ ਰਹਿ ਚੁੱਕੇ ਜੀ। ਸੋ ਦੂਜੇ ਪਾਸੇ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਕਾਂਗਰਸ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ ਜੀ। ਉਹਨਾਂ ਨੇ ਮੈਨੀਫੈਸਟੋ ਨੰਬਰ 1 ਚੋਰ ਮਨੋਰਥ ਪੱਤਰ ਭਾਗ ਪਹਿਲਾ ਅੱਜ KC ਵੇਣੂਗੋਪਾਲ ਅਤੇ ਹੋਰਾਂ ਨੇ ਦਿੱਲੀ ਦੇ ਵਿੱਚ ਜਾਰੀ ਕੀਤਾ। ਗਰੰਟੀਆਂ ਨੇ, ਗਰੰਟੀਆਂ ਦੇ ਵਿੱਚ ਉਹਨਾਂ ਨੇ ਇੱਕ ਤਾਂ ਇਹ ਕਹਿਤਾ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਅਸੀਂ ਆਹ ਗਰੰਟੀ ਦੇਵਾਂਗੇ 6,000 ਰੁਪਏ ਦੀ, ਜਿਹੜੀ ਵਿਧਵਾ ਪੈਨਸ਼ਨ ਹੈ ਬੁਢਾਪਾ 'ਤੇ, ਇਹਨੂੰ ਕਹਿੰਦੇ ਵਧਾ ਕੇ 6,000 ਕਰਾਂਗੇ। 25 ਲੱਖ ਤੱਕ ਦਾ ਮੁਫ਼ਤ ਇਲਾਜ, ਇਸੇ ਤਰ੍ਹਾਂ MSP ਦੀ ਕਾਨੂੰਨ ਗਰੰਟੀ, ਇਸੇ ਤਰ੍ਹਾਂ 2 ਲੱਖ ਨੌਕਰੀਆਂ ਹਰਿਆਣੇ ਦੇ ਵਿੱਚ ਦਿੱਤੀਆਂ ਜਾਣਗੀਆਂ। ਇਹ 7 ਗਰੰਟੀਆਂ ਨੇ ਅਤੇ 7 ਗਰੰਟੀਆਂ ਸਮੇਤ ਇਹ ਪਹਿਲਾ ਅਤੇ ਨਾਲ ਨਾਲ ਜੇ ਫਸਲ ਖਰਾਬ ਹੋ ਜਾਏ ਉਹਦੀ ਬੀਮਾ ਯੋਜਨਾ ਇਸ ਤਰੀਕੇ ਨਾਲ ਤਿਆਰ ਕਰਾਂਗੇ ਕਿ ਉਹਨੂੰ ਪੂਰਾ ਪਿੰਡ ਨਹੀਂ ਬਣਾ ਕੇ ਉਹਨੂੰ ਮੁਆਵਜ਼ਾ ਦੇਵਾਂਗੇ, ਖੇਤ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ। ਇੱਥੇ ਭਾਦੋ ਦੇ ਸ਼ਰਾਟੇ ਇਸ ਕਿਸਮ ਦੇ ਹੁੰਦੇ ਆ, ਵੱਟ ਨਾਲ ਵੱਟ ਸਾਂਝੇ ਛੱਡ ਜਾਂਦੇ ਨੇ। ਜੇ ਪਿੰਡ ਬਣਾਓਗੇ ਸਾਰੇ ਪਿੰਡ ਦਾ ਨੁਕਸਾਨ ਨਹੀਂ ਹੋਇਆ, 2 ਘਰਾਂ ਦਾ ਹੋ ਗਿਆ, ਤੁਸੀਂ ਉਹਨੂੰ ਵਿੱਚ ਗਿਣ ਦਿਓਗੇ ਕਿ ਇੱਥੇ ਵੀ ਨੁਕਸਾਨ ਨਹੀਂ ਹੋਇਆ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨੇ ਗਰੰਟੀਆਂ ਕੀਤੀਆਂ ਅਤੇ ਕੱਲ੍ਹ ਨੂੰ ਭਾਜਪਾ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਜਾ ਰਹੀ ਹੈ। ਦੇਖਦੇ ਹਾਂ ਕੀ ਲਿਆਉਂਦੇ ਨੇ ਅਤੇ ਕੀ ਦੱਸਦੇ ਨੇ, ਅਸੀਂ ਆਹ 10 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਵੇਲੇ ਆ ਆ ਆ ਆ ਕੀਤਾ ਜੀ। ਸੋ ਦੂਜੇ ਪਾਸੇ ਗੱਲ ਕਰਦੇ ਹਾਂ ਸਾਹਿਬ, ਆਯੁਸ਼ਮਾਨ ਕਾਰਡ ਜੋ ਕਿ ਭਾਰਤ ਦੇ ਵਿੱਚ ਚੱਲਦੇ ਨੇ ਅਤੇ ਇਹਦੇ ਨਾਲ ਚੱਲਦੇ ਗਰੀਬਾਂ ਦਾ ਮੁਫ਼ਤ ਦੇ ਵਿੱਚ ਹਸਪਤਾਲਾਂ 'ਚ ਇਲਾਜ ਹੁੰਦਾ, ਅਤੇ ਪੰਜਾਬ ਦੇ ਕਈ ਪ੍ਰਾਈਵੇਟ ਹਸਪਤਾਲਾਂ ਵੱਲੋਂ ਹੁਣ ਕਿਨਾਰਾ ਕਰ ਲਿਆ ਗਿਆ। ਉਹਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸਾਡੀ ਹਜੇ ਤੱਕ ਪੇਮੈਂਟ ਨਹੀਂ ਹੋਈ ਅਤੇ ਅੱਜ ਤੋਂ ਹੀ ਅਸੀਂ ਲੋਕਾਂ ਦਾ ਇਲਾਜ ਨਹੀਂ ਕਰਾਂਗੇ ਜੀ। ਇਹ ਅੱਜ ਦਾ ਥੋੜ੍ਹੀ ਹੈ, ਇਹ ਤਾਂ ਬਹੁਤ ਚਿਰ ਪਹਿਲਾਂ ਤੱਕ ਹੋਇਆ ਵੈ ਕਿ ਲੋਕ ਪਿੱਟਦੇ ਹੈ, ਲੋਕ ਉੱਥੇ ਜਾਂਦੇ ਹੈ ਜੀ, ਉਹ ਕਹਿੰਦੇ ਆ ਜੇ ਜਾਣ ਪਛਾਣ ਹੋ ਵੀ ਤੁਹਾਡੀ ਮੇਰੀ ਮਾੜੀ ਮੋਟੀ, ਉਹ ਸਰੇਆਮ ਕਹਿੰਦੇ ਆ ਕਹਿੰਦੇ ਢਿੱਲੋਂ ਸਾਹਿਬ ਤੁਸੀਂ ਆ ਗਏ ਹੋ, ਅਸੀਂ ਇਹ ਕਰ ਦਿਆਂਗੇ, ਪਰ ਸਾਡੀ ਪੇਮੈਂਟ ਜਮ੍ਹਾਂ ਕਰਾ ਜਾਓ, ਜਿੱਦਣ ਤੁਹਾਡੇ ਇਸ ਕਾਰਡ ਦੇ ਪੈਸੇ ਆ ਗਏ ਸਤੋਂ ਆਪਦੇ ਪੈਸੇ ਵਾਪਸ ਲੈ ਜਾਇਓ, ਜੇ ਜਾਣ ਪਛਾਣ ਹੋਵੇ ਤਾਂ। ਅਦਰਵਾਈਜ਼ ਉਹ ਕਰਦੇ ਨਹੀਂ, ਕਿਉਂ? ਐਲਾਨ ਬਹੁਤ ਰਿਹਾ, ਹੁਣ ਹਰਿਆਣੇ 'ਚ ਵੀ ਕਰਤਾ ਜੀ, ਕੀ ਪਹਿਲਾਂ ਇਹਨੂੰ ਤਾਂ ਸੁਧਾਰੋ। ਪੰਜਾਬ ਦੀ ਸਰਕਾਰ, ਸਿਹਤ ਮੰਤਰਾਲਾ, ਕੇਂਦਰ ਦਾ ਸਿਹਤ ਮੰਤਰਾਲਾ ਇਹਦੇ ਉੱਤੇ ਗੱਲ ਕਰੇ, ਇਹਨੂੰ ਜਿਹੜੇ ਇਹਦੇ ਜਥੇਬੰਦੀ ਦੇ ਇਸ ਨਾਲ ਸੰਬੰਧਿਤ ਹੈਗੀ ਹੈ ਜੀ, ਪੰਜਾਬ ਪ੍ਰਾਈਵੇਟ ਹੋਸਪਿਟਲ ਐਂਡ ਨਰਸਿੰਗ ਹੋਮ ਐਸੋਸੀਏਸ਼ਨ, ਇਹਨਾਂ ਦੇ ਪ੍ਰਧਾਨ ਨੇ ਡਾਕਟਰ ਵਿਕਾਸ ਛਾਬੜਾ, ਸਕੱਤਰ ਨੇ ਡਾਕਟਰ ਦਿਵਿਆ ਅੰਸੂ ਗੁਪਤਾ, ਉਹ ਕਹਿੰਦੇ ਪੰਜਾਬ ਸਰਕਾਰ ਵੱਲ 600 ਕਰੋੜ ਰੁਪਇਆ ਖੜ੍ਹਾ ਸਾਡਾ, ਅਜੇ ਤੱਕ ਧੇਲਾ ਨਹੀਂ ਆਇਆ ਜੀ, ਅਸੀਂ ਕਿੰਨਾ ਕੁ ਚਿਰ ਆਪਦੇ ਕੋਲੋਂ ਚਲਾਈ ਜਾਵਾਂਗੇ, ਅਸੀਂ ਇੱਥੇ ਕੋਈ
ਉਹ ਤਾਂ ਨਹੀਂ ਰੱਖਿਆ ਕਿ ਕੋਈ ਲੰਗਰ ਲਾਇਆ ਵਾ ਜੀ। ਅਸੀਂ ਇਹ ਕੰਮ ਕਰਕੇ ਮੇਰੇ ਖਿਆਲ ਸਰਕਾਰਾਂ ਨੂੰ ਪਹਿਲਾਂ ਖਜ਼ਾਨੇ ਦੀ ਪੋਜੀਸ਼ਨ ਦੇਖ ਕੇ ਫਿਰ ਐਲਾਨ ਕਰਨੇ ਚਾਹੀਦੇ ਨੇ, ਅਦਰਵਾਈਜ਼ ਇਹ ਬਹੁਤ ਗਲਤ ਹੋ ਰਿਹਾ ਹੈ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ। ਪ੍ਰੋਗਰਾਮ ਲੱਗੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।